ਪਾਕਿਸਤਾਨ ਸਰਕਾਰ ਵੱਲੋਂ ਜਿੱਥੇ ਦਰਿਆ ਦਿਲੀ ਦਿਖਾ ਕੇ ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ, ਉੱਥੇ ਲਾਂਘੇ ਦੇ ਸਮਾਗਮ ਦੌਰਾਨ ਪਾਕਿਸਤਾਨ ਮੰਤਰੀ ਅਤੇ ਭਾਰਤੀ ਲੀਡਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਸਾਰੇ ਸਿਆਸਤਦਾਨ ਇੱਕ ਕਮਰੇ ਵਿੱਚ ਇਕੱਠੇ ਬੈਠੇ ਦਿਖਾਈ ਦੇ ਰਹੇ ਨੇ ਅਤੇ ਉੱਥੇ ਹੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਵੱਲੋਂ ਪੰਜਾਬ ਦੇ ਸਾਰੇ ਸਿਆਸਤਦਾਨਾਂ ਨੂੰ ਕਰਤਾਰਪੁਰ ਲਾਂਘੇ ਦੇ ਪੂਰੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਪ੍ਰੋਜੈਕਟ ਦੌਰਾਨ ਇਹ ਵੀ ਦੱਸਿਆ ਗਿਆ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਵੱਲੋਂ ਸਿਰਫ 1 ਸਾਲ ਦਾ ਹੀ ਸਮਾਂ ਲੱਗਿਆ। ਜੋ ਹੈਸੀਅਤ ਹਾਸਿਲ ਹੈ ਇਸਕਾ ਬੁਨਿਆਦੀ ਸਬਬ ਬਾਬਾ ਗੁਰੂ ਨਾਨਕ ਕੀ ਇਸ ਮਕਾਮ ਸੇ ਖਾਸ ਵਾਬਸਤਗੀ ਹੈ। ਮੁਹੱਬਤ ਔਰ ਅਮਨ ਕੀ ਰਵਾਇਤ ਔਰ ਸਿੱਖ ਯਾਤਰੀਓ ਕੀ ਅਕੀਦਤ ਕਾ ਅਹਿਸਾਸ ਕਰਤੇ ਹੋਏ ਵਜ਼ੀਰ ਆਜ਼ਮ ਇਮਰਾਨ ਖਾਨ ਨੇ 28 ਨਵੰਬਰ 2018 ਕੋ ਕਰਤਾਰਪੁਰ ਰਾਹਦਾਰੀ ਕੀ ਬੁਨਿਆਦ ਰੱਖੀ। ਬਾਬਾ ਗੁਰੂ ਨਾਨਕ ਕੀ 550ਵੀਂ ਸਾਲਗਿਰਾ ਹੋਗੀ तो आप इंशाल्लाह ये सारे इलाके को ऐसा देखेंगे तो आपको खुशी होगी देख के इंशाल्लाह हर किस्म की फैसिलिटी हम आपको प्रोवाइड करेंगे। करतारपुर राहदारी खोलने का ऐलान महज राहदारी बल्कि हुकूमत पाकिस्तान ने सिख यात्रियों की आमद के लिए एक जामे मनसूबा बनाया। और दरबार साहब करतारपुर की तारीफ बाबा गुरु नानक के इस मनसूबे को 1 साल में मुकम्मल कर सैलाबी इलाका और सैलाबी बंदों की तामीर दरियाए रावी का रुख मोड़ना और इमारत की तोसी ऐसे अहदाफ थे जिनका हुसूल नामुमकिन दिखाई दिया। लेकिन बेहतरीन तामीराती माहिरीन की जेर निगरानी हजारों मजदूर इस प्रोजेक्ट को 1 साल में मुकम्मल करने के लिए मानसून की बारिशों और सैलाब के पेश नजर नकलो हमल को गुरदासपुर भी बेहतरीन मनसूबा बनने की अकास है। जमीन की साफ टर्मिनल पर यात्रियों के लिए वसीम अरीज इमिग्रेशन काउंटर एयर शॉप भी मौजूद है। 5,000 यात्रियों सभी त्योहारों पर बड़ी तरफे की गुंजाइश रखी गई। बॉर्डर टर्मिनल से गुरुद्वारा मीटर कुशाला सड़क तामीर की गई है। पेश नजर सड़क के दोनों अतराफ हिफाजती बाड़ और सिक्योर स्थान की तामीर की गई है जहां सैकड़ों यात्री एक ही वक्त में इबादत कर सकेंगे। सिख यात्रियों की गुजारिश के लिए 9,000 सिख यात्रियों के अलावा मजीद 8,000 सिख यात्री एकड़ की जरिए अराजी की बहाली। ਦੱਸ ਦਈਏ ਕਿ ਸਿੱਖ ਸੰਗਤ ਵੱਲੋਂ 72 ਸਾਲਾਂ ਤੋਂ ਕੀਤੀ ਜਾ ਰਹੀ ਅਰਦਾਸ 9 ਨਵੰਬਰ ਨੂੰ ਕਬੂਲ ਹੋ ਗਈ ਹੈ, ਯਾਨੀ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹ ਦਿੱਤਾ ਗਿਆ। ਲਾਂਘੇ ਦੇ ਉਦਘਾਟਨ ਸਮਾਗਮ 'ਚ ਜਿੱਥੇ ਸਾਬਕਾ PM ਡਾਕਟਰ ਮਨਮੋਹਨ ਸਿੰਘ, PM ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਸਿਆਸਤਦਾਨ ਸ਼ਾਮਲ ਰਹੇ। ਦੱਸ ਦਈਏ ਕਿ ਲਾਂਘੇ ਦਾ ਉਦਘਾਟਨ ਪਾਕਿਸਤਾਨ 'ਚ PM ਇਮਰਾਨ ਖਾਨ ਅਤੇ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਬਿਊਰੋ ਰਿਪੋਰਟ, ਸਪੋਕਸਮੈਨ TV।